ਦੋਸਤੋ, ਪੰਜਾਬ ਫੈਕਟ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਆਪਾਂ 1984 ਬਾਰੇ ਸਾਰਿਆਂ ਨੇ ਪੜ੍ਹਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਉੱਥੇ ਯੋਧੇ ਕਿਵੇਂ ਲੜੇ ਅਤੇ ਕਿਵੇਂ ਸ਼ਹੀਦੀਆਂ ਦਿੱਤੀਆਂ। ਪਰ ਕੀ ਤੁਹਾਨੂੰ ਕਦੇ ਉਹਨਾਂ ਲੋਕਾਂ ਬਾਰੇ ਦੱਸਿਆ ਗਿਆ ਜੋ ਕਿ ਉੱਥੇ ਮੱਥਾ ਟੇਕਣ ਆਏ ਸੀ ਅਤੇ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ? ਸੋ ਅੱਜ ਤੁਹਾਨੂੰ ਕੁਛ ਕੁ ਲੋਕਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਸ਼ਹੀਦੀ ਬਹੁਤ ਹੀ ਬਾਕਮਾਲ ਅਤੇ ਹੈਰਤ ਅੰਗੇਜ਼ ਢੰਗ ਨਾਲ ਹੋਈ। ਉਦੋਂ ਵੀਡੀਓ ਨੂੰ ਪੂਰਾ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਦਲਜੀਤ ਸਿੰਘ ਜੀ ਦੱਸਦੇ ਨੇ, ਕਹਿੰਦੇ ਵੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਉੱਪਰ ਦਰਬਾਰ ਦਾ ਹਮਲਾ ਸਿੱਖੀ ਦੀ ਨਿਆਰੀ ਹੋਂਦ ਹਸਤੀ ਨੂੰ ਮਲੀਆ ਮੇਟ ਕਰਕੇ ਅਤੇ ਸਿੱਖਾਂ ਨੂੰ ਸਦਾ ਲਈ ਦਬੇਲ ਬਣਾ ਕੇ ਰੱਖਣ ਦਾ ਯਤਨ ਕੀਤਾ ਸੀ। ਫੌਜ ਨੇ ਮਨਚਾਇਆ ਕਹਿ ਢਾਇਆ ਅਤੇ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ। ਸੰਤ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਦਿੱਲੀ ਦਰਬਾਰ ਦੇ ਇਸ ਹਮਲੇ ਦਾ ਆਪਣੀਆਂ ਸ਼ਹਾਦਤਾਂ ਨਾਲ ਮੁਕਾਬਲਾ ਕੀਤਾ। ਹਮਲੇ ਸਮੇਂ ਦਰਬਾਰ ਸਾਹਿਬ ਦੇ ਦੁਆਲੇ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਸਨ। ਉਹਨਾਂ ਨੂੰ ਅੰਦਰ ਤਾਂ ਆਉਣ ਦਿੱਤਾ ਪਰ ਬਾਹਰ ਨਹੀਂ ਜਾਣ ਦਿੱਤਾ। ਬੱਚੇ, ਬੀਬੀਆਂ ਅਤੇ ਬਜ਼ੁਰਗ ਕਿਸੇ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ। ਗਰਮੀ ਦੇ ਮੌਸਮ ਵਿੱਚ ਉਹਨਾਂ ਨੂੰ ਪਹਿਲਾਂ ਬੰਦ ਰੱਖਿਆ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਨੂੰ ਵੀ ਗੋਲੀਆਂ ਅਤੇ ਬੰਬਾਂ ਨਾਲ ਉਡਾ ਦਿੱਤਾ। ਇੱਕ ਵਾਰ ਸਾਰੇ ਦਰਬਾਰ ਸਾਹਿਬ ਸਮੂਹ ਵਿੱਚ ਖੂਨ ਮੀਂਹ ਦੇ ਪਾਣੀ ਵਾਂਗ ਖੜ ਗਿਆ ਸੀ। 4 ਜੂਨ ਤੋਂ ਲੈ ਕੇ 6 ਜੂਨ ਤੱਕ ਕਤਲੋਗਾਰਤ ਹੁੰਦੀ ਰਹੀ। 7 ਜੂਨ ਨੂੰ ਕੁਛ ਢਿੱਲ ਹੋਈ। ਭਾਰਤੀ ਲਸ਼ਕਰਾਂ ਅਤੇ ਖਾਲਸਾਈ ਦਸਤੇ ਵਿਚਕਾਰ ਜੰਗ ਵਿੱਚ ਜਿਹੜੇ ਸਿੰਘ ਜੂਝ ਕੇ ਸ਼ਹੀਦ ਹੋਏ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ। ਸੰਗਤ ਕੋਲ ਤਾਂ ਕੋਈ ਹਥਿਆਰ ਨਹੀਂ ਸੀਗਾ ਅਤੇ ਨਾ ਹੀ ਉਹਨਾਂ ਨੂੰ ਇਸ ਜੰਗ ਬਾਰੇ ਕੁਛ ਪਤਾ ਸੀ। ਹਕੂਮਤ ਨੇ ਉਹਨਾਂ ਨੂੰ ਧੋਖੇ ਵਿੱਚ ਰੱਖ ਕੇ ਅੰਦਰ ਲਿਆਂਦਾ ਅਤੇ ਫਿਰ ਜੰਗ ਦੇ ਬਹਾਨੇ ਨਾਲ ਉਹਨਾਂ ਨੂੰ ਬੇਦਰਦੀ ਨਾਲ ਮਾਰਿਆ। ਇਹ ਬਹੁਤ ਵੱਡਾ ਸਵਾਲ ਹੈ। ਇਹਦੇ ਬਾਰੇ ਹੁਣ ਤੱਕ ਕਈ ਕੁਝ ਸਾਹਮਣੇ ਆ ਚੁੱਕਾ ਹੈ ਪਰ ਹੋਰ ਵੀ ਬਹੁਤ ਕੁਛ ਹੈ ਜੋ ਹਲੇ ਤੱਕ ਪਰਦੇ ਦੇ ਪਿੱਛੇ ਹੀ ਹੈ। ਇਸ ਸਮੇਂ ਦੌਰਾਨ ਵੀ ਸੰਗਤ ਵਿੱਚੋਂ ਕਈ ਸਿੰਘ ਸਿੰਘਣੀਆਂ ਨੇ ਉੱਚੇ ਕਰਤਾਰ ਦੇ ਦਰਸ਼ਨ ਕਰਵਾਏ। ਇਹੋ ਜਿਹੀਆਂ ਕਈ ਕਹਾਣੀਆਂ ਹੋਣਗੀਆਂ। ਰੂਪੋਸ਼ ਜ਼ਿੰਦਗੀ ਦੌਰਾਨ ਮੈਂ ਦਰਬਾਰ ਸਾਹਿਬ ਵਿੱਚੋਂ ਜੂਝ ਕੇ ਅਤੇ ਬਚ ਕੇ ਨਿਕਲੇ ਕਈ ਸਿੰਘਾਂ ਸਿੰਘੜਿਆਂ ਨੂੰ ਮਿਲਿਆ। ਉਹਨਾਂ ਨੇ ਜੋ ਕੁਝ ਮੈਨੂੰ ਅੰਦਰ ਬਾਰੇ ਦੱਸਿਆ ਉਹਦਾ ਕੁਝ ਹਿੱਸਾ ਮੈਨੂੰ ਹਾਲੇ ਵੀ ਯਾਦ ਹੈ। ਉਹਨਾਂ ਦਿਨਾਂ ਵਿੱਚ ਮੈਨੂੰ ਇੱਕ ਠਾਰ ਉੱਤੇ 40 ਕੁ ਸਾਲ ਦਾ ਸਿੰਘ ਕਈ ਵਾਰ ਮਿਲਿਆ ਜਿਹਦਾ ਘਰ ਦਰਬਾਰ ਸਾਹਿਬ ਦੇ ਐਨ ਬਿਲਕੁਲ ਨੇੜੇ ਸੀ। ਇਹ 3 ਤਰੀਕ ਸ਼ਾਮ ਨੂੰ ਜਦੋਂ ਅੰਦਰ ਗਿਆ ਤਾਂ ਫੌਜ ਨੇ ਬਾਹਰ ਜਾਣ ਦਾ ਰਸਤਾ ਬੰਦ ਕਰ ਦਿੱਤਾ, ਜਿਸ ਕਰਕੇ ਉਹ ਅੰਦਰ ਹੀ ਰਹਿ ਗਿਆ। ਇਹ ਹੋਰ ਸੰਗਤ ਵਾਂਗ ਲੰਗਰ ਪਰਿਕਰਮਾ ਅਤੇ ਸਰਾਵਾਂ ਵਿੱਚ ਘੁੰਮਿਆ ਕਿ ਕਿਸੇ ਪਾਸਿਓਂ ਬਾਹਰ ਨਿਕਲਿਆ ਜਾਵੇ। 4 ਤਰੀਕ ਨੂੰ ਜਦੋਂ ਸਵੇਰੇ ਗੋਲੀਬਾਰੀ ਸ਼ੁਰੂ ਹੋਈ ਤਾਂ ਇਹ ਇੱਕ ਥਾਂ ਉੱਤੇ ਹੀ ਘਿਰ ਗਿਆ। ਉਸਨੇ ਫੌਜ ਦੇ ਵਤੀਰੇ ਬਾਰੇ ਦੱਸਿਆ ਕਿ ਉਹਨਾਂ ਨੇ ਬੱਚੇ, ਔਰਤਾਂ ਅਤੇ ਬੰਦਿਆਂ ਵਿੱਚ ਕੋਈ ਫਰਕ ਨਹੀਂ ਕੀਤਾ ਅਤੇ ਸਾਰਿਆਂ ਉੱਤੇ ਗੋਲੀਬਾਰੀ ਕੀਤੀ। ਉਹ ਕਿਸੇ ਤਰ੍ਹਾਂ ਪਰਿਕਰਮਾ ਤੋਂ ਸਰਾਵਾਂ ਵੱਲ ਆ ਗਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਇੱਥੇ ਮੁਕਾਬਲਾ ਹੋ ਰਿਹਾ ਪਰ ਉੱਧਰ ਨਹੀਂ ਹੋ ਰਿਹਾ। ਉਹਨੇ ਵੇਖਿਆ ਵੀ ਜਿੱਥੇ ਮੁਕਾਬਲਾ ਨਹੀਂ ਹੋ ਰਿਹਾ ਸੀ ਉੱਥੇ ਜ਼ੁਲਮ ਵਧੇਰੇ ਹੋ ਰਿਹਾ ਸੀ। ਲੋਕ ਮਰਨ ਨਾਲੋਂ ਜ਼ਖਮੀ ਵਧੇਰੇ ਹੋਏ ਸਨ ਪਰ ਜ਼ਖਮੀਆਂ ਅਤੇ ਬਾਕੀਆਂ ਵਿੱਚ ਵੀ ਕੋਈ ਫਰਕ ਨਹੀਂ ਸੀ ਕੀਤਾ ਜਾ ਰਿਹਾ। ਉਹਨਾਂ ਨੇ ਸਾਰਿਆਂ ਨੂੰ ਠੇਡੇ ਬੱਟਾ ਮਾਰ ਕੇ ਗੱਡੀਆਂ ਵਿੱਚ ਤੁੰਨ ਕੇ ਕਿਸੇ ਪੁਰਾਣੀ ਜਿਹੀ ਸਰਕਾਰੀ ਇਮਾਰਤ ਵਿੱਚ ਬੰਦ ਕਰ ਦਿੱਤਾ। ਇਹ ਇਮਾਰਤ ਦੇ ਕਈ ਕਮਰੇ ਸਨ ਜੋ 200 ਵਰਗ ਫੁੱਟ ਦੇ ਕਰੀਬ ਸਨ। ਇਹਨਾਂ ਵਿੱਚ 1 ਦਰਵਾਜ਼ਾ ਸੀ ਅਤੇ ਕੋਈ ਰੌਸ਼ਨਦਾਨ ਜਾਂ ਖਿੜਕੀ ਵਗੈਰਾ ਵੀ ਨਹੀਂ ਸੀਗਾ, ਕੋਈ ਪੱਖਾ ਨਹੀਂ ਸੀਗਾ। ਸ਼ਾਇਦ ਇਹ ਕਿਸੇ ਮਾਲਖਾਨੇ ਦੇ ਕਮਰੇ ਸਨ। ਸੰਗਤ ਨੂੰ ਗੱਡੀਆਂ ਵਿੱਚ ਕੁੱਟਦਿਆਂ ਧੂੰਦਿਆਂ ਲਾ ਕੇ ਇਹਨਾਂ ਕਮਰਿਆਂ ਵਿੱਚ ਬੰਦ ਕਰ ਦਿੱਤਾ। ਜਿਸ ਕਮਰੇ ਵਿੱਚ ਇਹ ਸਿੰਘ ਬੰਦ ਸੀ ਉਸਦੇ ਦੱਸਣ ਮੁਤਾਬਕ ਉਸ ਕਮਰੇ ਵਿੱਚ ਇੰਨੇ ਬੰਦਿਆਂ ਨੂੰ ਬੰਦ ਕੀਤਾ ਕਿ ਖੜਨ ਜੋਗੀ ਥਾਂ ਹੀ ਮਸਾਂ ਸੀ। ਇੰਨੀ ਗਰਮੀ ਵਿੱਚ ਇੰਨੇ ਬੰਦਿਆਂ ਦੇ ਬੰਦ ਕਮਰੇ ਵਿੱਚ ਹੋਣ ਨਾਲ ਹੁੰਮਸ ਅਤੇ ਘੁੱਟਣ ਬਹੁਤ ਜ਼ਿਆਦਾ ਹੋ ਗਈ ਸੀ। ਜੇ ਕੋਈ ਬੈਠਦਾ ਤਾਂ ਉਹਨੇ ਦਮ ਘੁੱਟ ਕੇ ਮਰ ਜਾਣਾ ਸੀ। ਇਹ ਬਹੁਤ ਜੋਖਮ ਅਤੇ ਸਹਿਮ ਭਰਿਆ ਸਮਾਂ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਅੱਗੇ ਉਹਨਾਂ ਨਾਲ ਕੀ ਹੋਣ ਵਾਲਾ ਹੈ। ਫੌਜੀਆਂ ਦਾ ਵਤੀਰਾ ਬਹੁਤ ਮਾੜਾ ਸੀ। ਅਸਲ ਵਿੱਚ ਉਹ ਸਾਰਿਆਂ ਨੂੰ ਮਾਰਨਾ ਚਾਹੁੰਦੇ ਸਨ ਪਰ ਕਿਸੇ ਚੰਗੇ ਅਫਸਰ ਦੇ ਵਿੱਚ ਆਉਣ ਨਾਲ ਸਭ ਨੂੰ ਗ੍ਰਿਫਤਾਰ ਕਰਨਾ ਪੈ ਗਿਆ।
ਜਿਹਦੇ ਲਈ ਫੌਜ ਕੋਲ ਕੋਈ ਪ੍ਰਬੰਧ ਨਹੀਂ ਸੀਗਾ, ਜਿਸ ਕਰਕੇ ਸਾਨੂੰ ਇੱਥੇ ਲਿਆ ਕੇ ਤੁੰਨ ਦਿੱਤਾ ਗਿਆ। ਫੌਜੀਆਂ ਵਿੱਚੋਂ ਬਹੁਤਿਆਂ ਦੀ ਸ਼ਰਾਬ ਪੀਤੀ ਹੋਈ ਸੀ, ਉਹ ਹਰ ਗੱਲ 'ਤੇ ਗਾਲਾਂ ਕੱਢਦੇ ਸਨ। ਗਰਮੀ, ਘੁੱਟਣ ਅਤੇ ਤੇਹ ਕਰਕੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਕਈ ਬੰਦੇ ਉੱਚੀ ਉੱਚੀ ਚੀਕਣ ਲੱਗ ਪਏ। 2-3 ਘੰਟਿਆਂ ਮਗਰੋਂ ਫੌਜੀਆਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੋਕਾਂ ਨੇ ਪਾਣੀ ਦੀ ਮੰਗ ਕੀਤੀ। ਅੱਗੋਂ ਫੌਜੀਆਂ ਨੇ ਗਾਲਾਂ ਕੱਢੀਆਂ ਅਤੇ ਕਿਹਾ ਕਿ ਜਿਹੜਾ ਬਾਹਰ ਆਊ ਉਹਨੂੰ ਗੋਲੀ ਵੱਜੂਗੀ। ਪਾਣੀ ਪਿਉਣ ਦੀ ਥਾਂ ਜਲੀਲ ਕਰਕੇ ਫੌਜੀਆਂ ਨੇ ਫਿਰ ਸਭ ਨੂੰ ਅੰਦਰ ਬੰਦ ਕਰ ਦਿੱਤਾ ਅਤੇ ਦਰਵਾਜ਼ਾ ਲਾਤਾ। ਇਸ ਨਾਲ ਜ਼ਿਆਦਾਤਰ ਲੋਕ ਘਬਰਾ ਗਏ ਜੋ ਪਹਿਲਾਂ ਹੀ ਹਾਲੋ ਬੇਹਾਲ ਸਨ। ਲੋਕ ਪਿੰਜਰੇ ਵਿੱਚ ਤੁੰਨੇ ਹੋਏ ਮੁਰਗਿਆਂ ਵਾਂਗ ਕਸਾਈ ਦੀ ਛੁਰੀ ਦੀ ਉਡੀਕ ਕਰ ਰਹੇ ਸਨ। ਕੁਝ ਚਿਰ ਵਿੱਚ ਲੋਕ ਨਿਢਾਲ ਹੋ ਕੇ ਇੱਕ ਦੂਜੇ ਦੇ ਆਸਰੇ ਨਾਲ ਖੜਨ ਲੱਗੇ ਸਨ। ਸਭ ਨੂੰ ਸਾਹ ਔਖਾ ਆ ਰਿਹਾ ਸੀ। ਹੌਲੀ ਹੌਲੀ ਬੰਦੇ ਥੱਲੇ ਡਿੱਗਣ ਲੱਗ ਪਏ। ਡਿੱਗਣ ਵਾਲਿਆਂ ਵਿੱਚੋਂ ਮੁੜ ਕੋਈ ਵੀ ਉੱਠਦਾ ਨਹੀਂ ਸੀਗਾ। ਜ਼ਿਆਦਾਤਰ ਲੋਕ ਤੇਹ ਅਤੇ ਘੁੱਟਣ ਨਾਲ ਤੜਕੇ ਤੱਕ ਬੇਹੋਸ਼ ਜਿਹੇ ਹੋ ਗਏ ਸਨ। ਕਈਆਂ ਦਾ ਮਲ ਮੁੱਤਰ ਵੀ ਕਹਿੰਦੇ ਵੀ ਉੱਥੇ ਹੀ ਨਿਕਲ ਗਿਆ। ਉਹ ਸਿੰਘ ਨੇ ਦੱਸਿਆ ਵੀ ਉਸ ਕਮਰੇ ਵਿੱਚ ਇੱਕ 50 ਕੁ ਸਾਲ ਦੀ ਬੀਬੀ ਸੀ। ਉਸ ਬੀਬੀ ਨੇ ਅਖੀਰ ਤੱਕ ਹੌਂਸਲਾ ਨਹੀਂ ਹਾਰਿਆ। ਉਹ ਸਾਰਿਆਂ ਨੂੰ ਹੌਂਸਲਾ ਦਿੰਦੀ ਰਹੀ ਅਤੇ ਸਮਝਾਉਂਦੀ ਰਹੀ ਕਿ ਇਹ ਸਾਡੀ ਪਰਖ ਦਾ ਸਮਾਂ ਹੈ, ਤੁਸੀਂ ਹੌਂਸਲਾ ਨਾ ਹਾਰੋ, ਉਹਨਾਂ ਸਾਡੇ ਤਖ਼ਤ 'ਤੇ ਹਮਲਾ ਕੀਤਾ ਹੈ ਅਤੇ ਸਾਡੇ ਸਰੀਰਾਂ ਦੇ ਕੀ ਮਾਇਨੇ ਨੇ ਹੁਣ। ਕੁਝ ਸਮਝਾਉਣ ਮਗਰੋਂ ਉਹ ਫਿਰ ਸਤਨਾਮ ਦਾ ਜਾਪ ਕਰਨ ਲੱਗ ਜਾਂਦੀ ਸੀ, ਚੌਪਈ ਸਾਹਿਬ ਦਾ ਪਾਠ ਕਰਨ ਲੱਗ ਜਾਂਦੀ। ਹੌਲੀ ਹੌਲੀ ਉਹਦਾ ਸਭ ਉੱਤੇ ਅਸਰ ਹੋਣਾ ਸ਼ੁਰੂ ਹੋ ਗਿਆ। ਉਸ ਵੱਲ ਵੇਖ ਕੇ ਹੁਣ ਹੋਰ ਬੰਦਿਆਂ ਨੇ ਵੀ ਹੌਂਸਲਾ ਫੜਿਆ ਅਤੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਲੋਕ ਨਿਢਾਲ ਵੀ ਹੋ ਗਏ ਸਨ, ਪਰ ਕੁਝ ਲੋਕ ਥੋੜ੍ਹੇ ਧੀਰਜ ਵਿੱਚ ਵੀ ਆ ਗਏ, ਜਿਸ ਕਰਕੇ ਰੋਣਾ ਅਤੇ ਰੌਲਾ ਵੀ ਥੰਮ ਗਿਆ। ਕੁਝ ਹੋਰ ਲੋਕ ਵੀ ਪਾਠ ਕਰਨ ਲੱਗ ਪਏ, ਪਰ ਬਹੁਤੇ ਲੋਕਾਂ ਦੀ ਮਾਨਸਿਕ ਹਾਲਤ ਜ਼ਿਆਦਾ ਖਰਾਬ ਹੋ ਗਈ ਸੀ। ਉਹ ਬਹੁਤ ਡਰ ਘਬਰਾ ਗਏ ਸਨ। ਉਹਨਾਂ ਤੋਂ ਪਾਠ ਵੀ ਨਹੀਂ ਸੀ ਹੋ ਰਿਹਾ। ਅਗਲਾ ਸਾਰਾ ਦਿਨ ਅਤੇ ਰਾਤ ਕਮਰਾ ਇਸੇ ਤਰ੍ਹਾਂ ਹੀ ਬੰਦ ਰਿਹਾ। ਕਈ ਜੀ ਉੱਥੇ ਹੀ ਪੂਰੇ ਹੋ ਗਏ। ਜਿਹੜਾ ਪੂਰਾ ਹੋਣ ਲੱਗਦਾ ਉਹ ਬੇਹੋਸ਼ ਹੋ ਕੇ ਡਿੱਗਦਾ ਅਤੇ ਸਰਕ ਸਰਕ ਕੇ ਉਹਦੇ ਲਈ ਥਾਂ ਬਣ ਜਾਂਦੀ। ਬੰਦਿਆਂ ਦੇ ਡਿੱਗਣ ਨਾਲ ਖੜਨ ਦੀ ਥਾਂ ਹੋਰ ਘਟੀ ਜਾਂਦੀ ਸੀ। ਇਹ ਬੀਬੀ ਨੇ ਆਪਣਾ ਸਿਰੜ ਜਾਰੀ ਰੱਖਿਆ। ਉਹ ਕਿਸ ਮਿੱਟੀ ਦੀ ਬਣੀ ਸੀ ਕਿ ਉਹ ਪਾਠ ਕਰਨ ਤੋਂ ਬਿਨਾਂ ਹੌਂਸਲੇ ਵਾਲੀਆਂ ਗੱਲਾਂ ਵੀ ਕਰੀ ਗਈ। ਤੀਜੇ ਦਿਨ ਸਵੇਰੇ ਜਾ ਕੇ ਬਾਹਰੋਂ ਦਰਵਾਜ਼ਾ ਖੁੱਲ੍ਹਿਆ। ਕੋਈ ਨਵੀਂ ਫੌਜੀ ਟੁਕੜੀ ਦੀ ਵਾਰੀ ਆਈ ਸੀ, ਜਿਸਨੇ ਸ਼ਰਾਬ ਨਹੀਂ ਪੀਤੀ ਹੋਈ ਸੀ। ਉਹਨਾਂ ਨੇ ਲੋਕਾਂ ਨੂੰ ਬਾਹਰ ਆਉਣ ਦਿੱਤਾ ਅਤੇ ਪਾਣੀ ਪਿਆਇਆ ਅਤੇ ਪੂਰੇ ਹੋ ਗਏ ਬੀਬੀਆਂ ਬੰਦਿਆਂ ਦੀਆਂ ਲਾਸ਼ਾਂ ਨੂੰ ਉੱਥੋਂ ਚੁੱਕਿਆ। ਮੁੜ ਕੇ ਬਾਕੀ ਜਿਉਂਦੇ ਬੱਚਿਆਂ ਨੂੰ ਫਿਰ ਉਸੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਸ ਮਗਰੋਂ ਸਭ ਉੱਤੇ ਮੁਕੱਦਮੇ ਪਾ ਕੇ ਉੱਥੋਂ ਸਿੱਧੇ ਜੇਲ੍ਹ ਭੇਜ ਦਿੱਤਾ ਗਿਆ, ਜਿੱਥੋਂ ਕਈ ਮਹੀਨਿਆਂ ਬਾਅਦ ਉਹ ਰਿਹਾਅ ਹੋ ਕੇ ਆਪੋ ਆਪਣੇ ਘਰਾਂ ਨੂੰ ਗਏ। ਉਸ ਸਿੰਘ ਨੇ ਇਹ ਗੱਲ 2-3 ਵਾਰ ਸੁਣਾਈ ਸੀ, ਪਰ ਹਰ ਵਾਰ ਉਹਨਾਂ 2 ਰਾਤਾਂ ਦੀ ਗੱਲ ਕਰਦਿਆਂ ਡੂੰਘੀ ਉਦਾਸੀ ਵਿੱਚ ਚਲਾ ਜਾਂਦਾ ਸੀ ਉਹ, ਅਤੇ ਉਹਦੇ ਅਥਰੂ ਵਹਿ ਤੁਰਦੇ ਸਨ। ਪਰ ਹਰ ਵਾਰ ਉਸ ਬੀਬੀ ਦੀ ਗੱਲ ਕਰਕੇ ਉਹਨੂੰ ਸਕੂਨ ਮਹਿਸੂਸ ਹੁੰਦਾ ਸੀ। ਉਹਦੇ ਦੱਸਣ ਮੁਤਾਬਕ ਜਿੰਨੇ ਲੋਕਾਂ ਨੂੰ ਉਹ ਕਮਰੇ ਵਿੱਚ ਬੰਦ ਕੀਤਾ ਗਿਆ ਸੀ, ਉਹਨਾਂ ਵਿੱਚੋਂ 1-2 ਜਿਉਂਦੇ ਬਚੇ ਸਨ ਬਸ। ਸ਼ਾਇਦ ਉਸ ਇਮਾਰਤ ਦੇ ਬਾਕੀ ਕਮਰਿਆਂ ਵਿੱਚ ਵੀ ਇੱਦਾਂ ਹੀ ਹੋਇਆ ਹੋਵੇ, ਜਾਂ ਇਸ ਤੋਂ ਘੱਟ ਵੱਧ ਵੀ। ਇਸੇ ਤਰ੍ਹਾਂ ਇੱਕ ਸਿੰਘ ਜੋ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹੀ ਘਿਰ ਗਿਆ ਸੀ, ਉਹਨੇ ਇੱਕ ਅੱਲੜ ਉਮਰ ਦੇ ਨੌਜਵਾਨ ਦੀ ਗੱਲ ਸੁਣਾਈ। 5 ਜੂਨ ਨੂੰ ਜਦੋਂ ਗੋਲੀਬਾਰੀ ਚੱਲ ਰਹੀ ਸੀ ਤਾਂ ਪਰਿਕਰਮਾ ਵਿੱਚ ਬਣੇ ਕਮਰਿਆਂ ਵਿਚਲੀ ਸੰਗਤ ਦਾ ਤੇਹ ਨਾਲ ਬੁਰਾ ਹਾਲ ਸੀ, ਤਾਂ ਇਹ ਨੌਜਵਾਨ ਨੇ ਬਾਲਟੀ ਨਾਲ ਸਰੋਵਰ ਵਿੱਚ ਪਾਣੀ ਭਰਨ ਦੀ ਹਿੰਮਤ ਕੀਤੀ। ਇੱਕ ਵਾਰ ਸਹੀ ਸਲਾਮਤ ਤਰੀਕੇ ਨਾਲ ਵਾਪਸ ਆ ਜਾਣ ਮਗਰੋਂ ਉਹਦੇ ਗੇੜੇ ਤੇਜ਼ ਹੋ ਗਏ। ਉਹਨੇ ਨਿੱਕੀ ਜਿਹੀ ਬਾਲਟੀ ਨਾਲ ਕਈ ਗੇੜੇ ਲਾਏ ਅਤੇ ਕਿੰਨੇ ਹੀ ਲੋਕਾਂ ਦੀ ਤੇਹ ਵਜਾਈ। ਉਹ ਆਪਣੀ ਜਾਨ 'ਤੇ ਖੇਡ ਕੇ ਇਹ ਕੰਮ ਕਰ ਰਿਹਾ ਸੀ। ਖੌਰੇ ਫੌਜੀਆਂ ਨੂੰ ਪਤਾ ਲੱਗ ਗਿਆ ਸੀ ਜਾਂ ਅਚਾਨਕ ਹੀ ਉਹਦੇ ਇੱਕ ਬਛਾੜ ਵੱਜੀ ਅਤੇ ਉਹ ਸੇਵਾ ਦਾ ਪੁਤਲਾ ਸਰੋਵਰ ਵਿੱਚ ਹੀ ਡਿੱਗ ਪਿਆ। ਲੰਗਰ ਦੀ ਇਮਾਰਤ ਦੇ ਨੇੜੇ ਜਿਹੜੇ ਸਿੰਘਾਂ ਦਾ ਮੋਰਚਾ ਸੀ, ਉਹਨਾਂ ਵਿੱਚੋਂ ਕੁਝ ਸਿੰਘ ਕਾਰ ਸੇਵਾ ਹਜ਼ੂਰ ਸਾਹਿਬ ਤੋਂ ਆਏ ਸਨ। ਇਹਨਾਂ ਸਿੰਘਾਂ ਦਾ ਸੰਤ ਜੀ ਨਾਲ ਕਰਾਰ ਹੋਇਆ ਸੀ ਕਿ ਉਹ ਜ਼ਰੂਰਤ ਦੇ ਵਕਤ ਜ਼ਰੂਰ ਆਉਣਗੇ।
ਸਿਰਫ ਇੱਕ ਕਰਾਰ ਕਰਕੇ ਐਨ ਵਕਤ ਉੱਤੇ ਉਹ ਸੰਤ ਜੀ ਦੇ ਨਾਲ ਆਣ ਖਲੋਤੇ, ਉਹਨਾਂ ਤੋਂ ਹਥਿਆਰ ਲਏ ਅਤੇ ਮੋਰਚੇ ਸੰਭਾਲ ਲਏ। ਇਹਨਾਂ ਨੇ ਖੂਬ ਜੰਗ ਲੜਿਆ ਅਤੇ ਬਹੁਤੇ ਉੱਥੇ ਹੀ ਸ਼ਹੀਦ ਹੋ ਗਏ। ਇਹਨਾਂ ਸਿੰਘਾਂ ਦਾ ਕੌਲ ਪਗਾਉਣ ਅਤੇ ਸ਼ਹਾਦਤ ਦਾ ਸਫ਼ਰ ਲਸਾਨੀ ਮਿਸਾਲ ਹੈ, ਰਹਿੰਦੀ ਦੁਨੀਆ ਤੱਕ ਇਹਨਾਂ ਨੂੰ ਯਾਦ ਕੀਤਾ ਜਾਵੇਗਾ। ਇਹ ਸਨ ਜੂਨ 1984 ਦਰਬਾਰ ਸਾਹਿਬ 'ਤੇ ਹੋਏ ਹਮਲੇ ਦੀਆਂ ਕੁਝ ਯਾਦਾਂ, ਕੁਝ ਉਹਨਾਂ ਲੋਕਾਂ ਦੀਆਂ ਗੱਲਾਂ ਜੋ ਕਿ ਸ਼ਹੀਦੀ ਪਾ ਕੇ ਜੋ ਸਿਰਫ ਮੱਥਾ ਟੇਕਣ ਆਏ ਸੀ ਉੱਥੇ। ਸੋ ਇਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।